ਸ੍ਰੀਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ। ਅਤੇ ਕਰਕੇ ਤਿਆਰੀਆਂ, ਸਵੇਰੇ ਹੀ ਆਪਾਂ ਨਿਕਲ ਪਏ ਹਾਂ ਕਿਤੇ ਨਾ ਕਿਤੇ ਲਈ। ਅਜੇ ਤੱਕ ਤਾਂ ਮੁਝੇ ਲੈਦੀ ਪਲੈਨਿੰਗ ਹੈ, ਅੱਗੇ ਤਾਂ ਕੋਈ ਪਤਾ ਨਹੀਂ ਕਿ ਹੁਣ ਤਾਂ ਨਿਕਲੇ ਭਾਵੇਂ ਰਾਤ ਨਹੀਂ ਘਰ ਵਾਪਸ ਆਈਏ। ਵਹਿੰਦੇ ਹਾਂ ਕਿੱਥੋਂ ਕਿੱਥੋਂ ਦਾ ਕੀ ਕੀ ਟੂਰ ਹੁੰਦਾ ਜਾਂ ਕੀ ਸਿਸਟਮ ਰਹਿੰਦਾ ਅੱਜ ਸਾਰੇ ਦਿਨ ਦਾ, ਅਤੇ ਤੁਹਾਨੂੰ ਵਿਖਾਉਂਦੇ ਹਾਂ ਜੀ, ਬਣੇ ਰਹੋ ਸਾਡੇ ਨਾਲ। ਸਮਝਦਾ ਰਿਹਾ, ਅਰੇ ਖਟਾਈ ਦੇ ਦਿਓ ਥੋੜ੍ਹੀ ਜਿਹੀ। ਮੈਂ ਹਾਂਜੀ, ਵੈਸੇ ਸਵੇਰ ਤੋਂ ਤੁਹਾਨੂੰ ਵਢਵਾਉਣਾ ਸੀ ਅੱਜ, ਪਰ ਮੈਨੂੰ ਕਿਤੇ ਜਾਣਾ ਪੈ ਗਿਆ ਅਤੇ ਡਰਾਈਵਰ ਵੀ ਨਹੀਂ ਆਇਆ ਦੁਪਹਿਰੋਂ ਪਹਿਲਾਂ। ਹੁਣ ਦੁਪਹਿਰੋਂ ਬਾਅਦ ਆ ਗਿਆ ਬੰਦਾ, ਅਤੇ ਮੈਂ ਸੋਚਿਆ ਜਿੰਨਾ ਵੱਢਿਆ ਜਾਂਦਾ 4-5 ਕਿੱਲੇ ਰਾਤ ਪੈਣ ਤੋਂ ਪਹਿਲਾਂ ਜਿੰਨਾ ਵੱਢਿਆ ਜਾਂਦਾ ਵੱਢ ਲੈਂਦੇ ਹਾਂ, ਬਾਕੀ ਫਿਰ ਕੱਲ੍ਹ ਨੂੰ ਵਢਵਾਵਾਂਗੇ। ਔਰ ਰੋਡ 'ਤੇ ਬਾਈਕ ਖੜ੍ਹੀ ਕਰਕੇ ਮੈਂ ਜਾਣ ਦਿਆਂ ਪਹਿਲੇ ਪਹਿਲਾਂ। ਇੱਕ ਬੋਰ ਆਪਣਾ ਉਹ ਇੰਜਨ ਦਿਖ ਰਿਹਾ, ਅਤੇ ਇੱਕ ਬੋਰ ਆਪਣਾ ਆ ਟਰਾਂਸਫਾਰਮ ਦੇ ਕੋਲ। ਆਹ ਪੁਰਾਣਾ ਬੋਰਿੰਗ ਸੀ, ਇਹ ਤਾਂ ਬੰਦ ਹੀ ਪਿਆ, ਵੈਸੇ ਚੱਲਦਾ ਹੈ ਜੇ ਕਦੀ ਲੋੜ, ਜਿਵੇਂ ਜੂਨ ਮਹੀਨੇ ਵਗੈਰਾ 'ਚ ਜੇ ਕਦੀ ਲੋੜ ਪੈ ਜੇ, ਹੈ ਨਾ, ਜ਼ਿਆਦਾ ਪਾਣੀ ਦੀ ਆਪਾਂ ਨੂੰ, ਅਤੇ ਉਦੋਂ ਇਹ 'ਤੇ ਮੋਟਰ ਰੱਖ ਲਈ ਦੀ ਹੈ। ਇੰਜਨ ਉੱਦਾਂ ਬੰਦ ਹੀ ਪਿਆ, ਇੰਜਨ 'ਤੇ 7-8 ਸਾਲ ਹੋ ਗਏ ਹੁਣ, ਇਹਨੇ ਇੱਦਾਂ ਹੀ ਪਿਆ, ਕਦੀ ਚੱਕਣ ਦਾ ਟਾਈਮ ਹੀ ਨਹੀਂ ਲੱਗਾ। ਐਤਕੀ ਵੇਖੋ ਕਰਦੇ ਹਾਂ ਕੁਛ, ਚੱਕ ਕੇ ਲੈ ਜਾਂਦੇ ਹਾਂ ਘਰ। ਇਸ ਸਾਲ ਵੈਸੇ ਐਵਰੇਜ ਥੋੜ੍ਹੀ ਹਿਸਾਬ ਦੀ ਆ ਰਹੀ ਹੈ, ਕੋਈ ਇੰਨੇ ਬਹੁਤੇ ਤਕੜੇ ਝੋਨੇ ਨਹੀਂ ਹੋਏ, ਕਿਉਂਕਿ ਪਹਿਲਾਂ ਬਹੁਤ ਵਧੀਆ ਤੁਰੇ ਹਨ, ਅਤੇ ਉਸ ਤੋਂ ਪਹਿਲਾਂ ਮੀਂਹ ਪਿਆ ਨਹੀਂ, ਥੋੜ੍ਹੇ ਸੋਕੇ ਨਾ ਮਾੜੇ ਹੋ ਗਏ, ਬਾਅਦ 'ਚ ਇੰਨਾ ਮੀਂਹ ਪਿਆ ਕਿ ਪਾਣੀ ਨਾ ਮਾੜੇ ਹੋ ਗਏ, ਅਤੇ ਥੋੜ੍ਹਾ ਐਤਕੀ ਕੰਮ ਠੰਡਾ ਠੰਡਾ ਹੀ ਹੈ ਝੋਨਿਆਂ ਵਾਲਾ ਵੀ। ਆਪਣਾ ਲਗਭਗ ਸਾਰਾ PR 13 ਝੋਨਾ, ਥੋੜ੍ਹਾ 5-6 ਕਿੱਲੇ ਕੇ 26, ਉਹ ਲੇਟ ਹੀ, ਉਹ ਵਧੀਆ ਸੀ। ਇੱਕ ਉਹ ਆਪਣਾ ਕਾਲਾ ਵੀਰ, ਇਹ ਕੰਪੈਨ ਦਾ ਫੋਰਮੈਨ ਹੈ, ਅਤੇ ਜਿਹੜਾ ਝੋਨਾ ਮੈਂ ਸਭ ਤੋਂ ਪਹਿਲਾਂ ਵਢਾਇਆ ਸੀ ਉਹਦੀ 31 ਦੀ ਐਵਰੇਜ ਕਿੱਲੇ 'ਚੋਂ ਆਈ ਸੀ, ਫਿਰ 28, ਫਿਰ 25, ਫਿਰ 18 ਹੀ ਰਹਿ ਗਈ, ਅਤੇ ਅੱਜ ਵਾਲਾ ਵੀ ਮੈਨੂੰ ਉਮੀਦ ਹੈ ਕਿ ਇੰਨਾ ਕੁ ਨਿਕਲਣਾ ਵਾ, ਹੀ 20-22। ਬਾਕੀ ਚਲੋ ਰੱਬ ਕਰੇਗਾ ਮਿਹਰ, ਕੀ ਪਤਾ ਪਾ ਦੇ ਬਰਕਤਾਂ, ਆ ਜੇ 35 ਦੀ ਐਵਰੇਜ ਆ ਜੇ ਸਾਡੇ ਵੱਲੋਂ। ਤਾਂ ਟਰਾਲੀਆਂ ਭਾਵੇਂ ਸਾਨੂੰ 2 ਹੋਰ ਲਿਆਉਣੀਆਂ ਪੈ ਜਾਣ, ਉਹ ਲਿਆਵਾਂਗੇ, ਟਰਾਲੀਆਂ ਭਰੀ ਜਾਏ ਬਾਬਾ। ਇਹ ਵੱਢਣ ਵਾਲਾ ਨਾ ਹੋਏ, ਇੱਧਰ ਵਿਖਾਇਓ ਘੁਮਾ ਕੇ। ਆਹ ਆਪਣਾ ਝੋਨਾ ਐਤਕੀ ਪਾਣੀ ਨਾਲ ਸਭ ਖਰਾਬ ਹੋ ਗਿਆ, ਆਹ ਵੇਖਣ ਦਿਓ ਗੰਨੇ ਦੇ ਨਾਲ 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 ਉਹ ਸਭ ਧਾਨ ਹੀ ਆ, ਇੰਨਾ ਕੁ ਬਚਿਆ ਥੋੜ੍ਹਾ ਬਹੁਤਾ, ਇਹ ਵੀ ਮੈਨੂੰ ਜ਼ਿਆਦਾ ਲਵਾਈ ਨਹੀਂ ਨਿਕਲਣੀ ਇਹਦੇ 'ਚੋਂ, ਸਭ ਬੇਕਾਰ ਹੀ ਹੋ ਗਿਆ ਝੋਨਾ। ਉਹ ਗੰਨੇ ਦੇ ਨਾਲ ਨਾਲ ਜਿੰਨਾ ਘਾਹ ਘੂ ਦਿਖਣ ਦਿਆ ਸਭ ਧਾਨ ਹੀ, ਬਹੁਤ ਸੋਹਣਾ ਧਾਨ ਹੀ ਹੈ। ਇਹ ਇੱਕ ਵਾਰ ਪਹਿਲਾਂ ਪਾਣੀ ਆਇਆ ਅਤੇ ਉਦੋਂ ਸਭ ਖਰਾਬ ਹੋ ਗਿਆ, ਇਹ ਦੁਬਾਰਾ ਫਿਰ ਲਵਾਇਆ ਅਸੀਂ ਝੋਨਾ, ਦੁਬਾਰਾ ਦੁਬਾਰਾ ਲਵਾਈ ਪਾਈ, ਪੌਦ ਪੈ ਗਈ ਸਭ ਕੁਛ, ਪਰ ਧਾਨ ਫਿਰ ਖਰਾਬ ਹੋ ਗਿਆ। ਚਲੋ ਬੰਦਾ ਹੁਣ ਰੱਬ ਦੇ ਅੱਗੇ ਕੁਛ ਨਹੀਂ ਕਰ ਸਕਦਾ, ਆਹ ਕਾਲੀ ਵੀਰ ਨੂੰ ਕਛੂਆ ਮਿਲ ਗਿਆ। ਕਈ ਲੋਕ ਤਾਂ ਆਹ ਵੀ ਖਾ ਜਾਂਦੇ, ਕਿਉਂ ਥਾਰੂ ਥਰੂ ਖਾ ਜਾਂਦੇ ਨੇ। ਅੱਛਾ, ਤੁਸੀਂ ਖਾਧਾ ਕਦੀ?
ਤੇ ਲੈ ਜਾਓ ਫਿਰ ਇਹਨੂੰ ਪਾ ਵੇ ਆ ਗਿਆ ਉਹ ਵੀ ਕਿੰਨਾ ਖੁਸ਼ ਤੁਰਿਆ ਹੁੰਦਾ ਕਿਤੇ ਕੋਈ ਬੰਨਾ ਨਾ ਵੜਨਾ ਪੈ ਜੇ ਜੇ ਤਾਂ ਤੇਰਾ ਜਵਾਰ ਬਣ ਗਿਆ ਲੈ नहीं नाका ले जाएगा मेरे पैर के पास पड़ा ना तो मुझे ये लगा कि कोई जैसे जंगली बेल बूल जा तोरी तोरी कद्दू कुद्दू नहीं होता कोई जंगली मैंने लगा ओए तो मैं नहीं यार ये कछुआ है यार इसे मत मारना यार ओ चेतन ओए अभी चक ला फिर नाली हां इन्हें अंडा इन्हें होनी अंडा दिता जी इदा मतलब कि ये फीमेल कछुआ है हां अंडा देगा चक ला नाली नु भी हां रख ले यार यार ये पाप करता लगदा मेनू कोई गल नहीं ते कछुआ पर रखवा दांगे इथे ही क्यों चेतन इसे मारोगे थोड़ी ना क्या करोगे पूजा करके छोड़ देनी है दिवाली पे होती पूजा हाँ। चलो यहीं छोड़ देना यार अंडा भी साथ में रख देना ठीक है मारना मत इसे अंडा एक जी आ थलड़ा वाला प्लाट वड्या गया औतला रोड दे नाल वाला रह गया जे ते ट्राली च लगभग झोना होना है वही आइडिया होना है 70-75 क्विंटल होना ट्राली च लगभग धान ते पैड़ी किल्ली है पैर बहन दिया है ते आपा पाउणा है पहला मीडियम बिन्या किदा किवें दा जोर मारदा ट्रैक्टर फोर बाई फोर भी ला लें नाल दे नाल आ फोर बाई फोर पै गया पहला मीडियम बिल्कुल फ्री चलन दिया ट्रैक्टर भाई पहला तो बंदा आता है कि मैं पूजा करनी है पर अभी उन्होंने समझाया कि यार रहन दे बेचारी दे अंडे भी ने निके तो तू उन्होंने इत्थे छड़ दे आप पूजा वास्ते कोई होर लभ लांगे आ वेखो हुणी अंडे कड्ढे कदे चो दिखा ना अंडे अभी ला रहा हूँ कितने अंडे हो गए छह आ इहदे अंडे ने जी बिल्कुल जैसे वहीं पे ना ढाल पे रखा ना तलैया के पास कट्टे मिला मुझे डर लगता है डर लग जा रहा है यहीं पर रहते आगे निकल जाए नहीं निकल जाए नहीं पालेंगे काट लोगे उसको वीडियो बन गई ना 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 अरे छुपा के रखे ही हो जो उठा ले जाएंगी फिर रास्ते में रखा ना अंडे पास में आई वायरिंग वूरिंग थोड़ी जी सही कराने वाली है लाइटा लुटा कोई नहीं जगदियाँ आखो किमें गंद पिया आ सब वायरिंग सड़ी पई है तो टाइम नहीं लगन दिया जी डैक है डैक तो चलो वैसे देसी जी कोई इन्नी कामयाब नहीं गई आ डैक की भी वायरिंग सारी चली है चलन नहीं दी बंदा जिन्ना जिन्हें कछुआ फड़िया है वह जो अगे जान दिया कट्टे वाला वो अपना ड्राइवर ही है रोज़ कहें कि जी नहीं लगता डैक बनवा के दो डैक बनवा के दो
चलो करवाने इहदी डैक भी बनवा के दिंदे आ। पैसा पूहा आ जाए कोई झोने का, जो कोई भी पैसा नहीं लिया पैसे वालों हाथ टैट ही चलन दे आ जाए। अपनी सिंगल टायर ही है, हाँ ओवरलोड हो गई है पर ज़्यादा ली है। तो ये ट्रालियाँ हैवी कमानिया वाली है तो बहुत ज़्यादा झोड़ मारती है। टायर भी जड़े ने ना वो ने लाइन लाउन वाले टायर होंगे ने, पता नहीं किड़े होंगे ने, मैं इन्ना ध्यान नहीं गा ट्रक के अगले टायर ने, तो उस करके ट्राली बहुत ज़्यादा झोड़ मारती है ट्राली ना। तो हम आप बट्टा बट्टा टपाणिया जी कंपैन जान दी आँदी कटा तो वेखो राह राह भी बहुत उच्चा है। कुल मिला के कम रिस्की हुई है। चलो लैके बाबे नानक का नाम तोरते हैं वेने वह तो सही जानी अज तक मेरे तो अज तक कोई हादसा नहीं होया ट्राली ना, पर जिन्हें ने मंग के खड़ी है 90% लोगों ने पलटाई हुई है। हाँ जी लैके बाबे नानक का नाम बिल्कुल थोड़ी जी रेस देकर ट्रैक्टर तो लिया पैड़ी गिली वजन कोई खास नहीं है, वजन तो 100 क्विंटल महल थोड़ा है, पर ये कि सिंगल टायर करके थोड़ा बहन का फसन का डर रहा है, तो झोल भी बहुत मार दी कमानिया वाली कमानिया करके कड़ते हैं ते सामने वेंदे हैं। सिंगल टायर होने करके तो कुछ कमानिया करके मैं बंदे कहा कि वटा वढ़ दे, ट्राला ट्रुला होए तो आप कोई वट वुट नहीं वटी दी, एवं टपाई का सब काम। जी भाई दोस्तों ट्राली अपना कड़ लिया बिल्कुल सही सलामत घर ली, तो अज के दिन की इतनी समाप्ति करते हैं, मिलते हैं अपने नवे ब्लॉग च। धन्यवाद जी।